ਸਤਿ ਸ਼੍ਰੀ ਅਕਾਲ ਅਸੀਂ ਸਾਰਿਆਂ ਨੇ ਇੰਨੀ ਗੱਲ ਸੁਣੀ ਹੀ ਹੋਵੇਗੀ ਕਿ ਜਦੋਂ ਖੁਸਰਾ ਬਾਬਾ ਕਿਸੇ ਨੂੰ ਸਰਾਪ ਦੇ ਦਿੰਦਾ ਹੈ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਉਸ ਸਰਾਪ ਤੋਂ ਮੁਕਤੀ ਪਾਉਣ ਲਈ ਬੇਅਸਰ ਸਾਬਤ ਹੁੰਦੀ ਹੈ ਸਾਡੀ ਅੱਜ ਦੀ ਇਹ ਵੀਡੀਓ ਇੱਕ ਅਜਿਹੀ ਅਨੋਕੀ ਘਟਨਾ ਤੇ ਆਧਾਰਿਤ ਹੈ ਜਦੋਂ ਇੱਕ ਖੁਸਰੇ ਬਾਬੇ ਨੇ ਕਿਸੇ ਨੂੰ ਸਰਾਪ ਦੇ ਦਿੱਤਾ ਅਤੇ ਉਸ ਸਰਾਪ ਤੋਂ ਮੁਕਤੀ ਪਾਉਣ ਦੇ ਲਈ ਉਹ ਦਿਨ ਰਾਤ ਤੜਫਦੇ ਰਹੇ ਲੁਧਿਆਣੇ ਦੇ ਨੇੜੇ ਪਿੰਡ ਦਾ ਇੱਕ ਪਿੰਡ ਜਿਸ ਦਾ ਨਾਮ ਅਲੀਪੁਰ ਸੀ ਉਸ ਪਿੰਡ ਵਿੱਚ ਕਿਸੇ ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਵਿਆਹ ਵਿੱਚ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਉਸੇ ਤਰ੍ਹਾਂ ਹੀ ਵਿਆਹ ਤੋਂ 2 ਦਿਨ ਬਾਅਦ ਉਹਨਾਂ ਦੇ ਘਰ ਖੁਸਰਾ ਬਾਬਾ ਨੱਚਣ ਦੇ ਲਈ ਆਇਆ ਲਗਭਗ ਉਸ ਨੂੰ ਦੇਖਣ ਦੇ ਲਈ ਸਾਰੇ ਗਵਾਂਢੀ ਆਏ ਹੋਏ ਸਨ ਅਤੇ ਵਿਆਹ ਦੀ ਖੁਸ਼ੀ ਵਿੱਚ ਉਸ ਨੂੰ ਵੇਲਾਂ ਦੇ ਰਹੇ ਸਨ ਜਦੋਂ ਵੀ ਕੋਈ ਉਸ ਨੂੰ ਕੋਈ ਵੇਲ ਦਿੰਦਾ ਸੀ ਤਾਂ ਉਹ ਬਾਬਾ ਉਸ ਨੂੰ ਅਸੀਸ ਦਿੰਦਾ ਸੀ ਬਾਬੇ ਨੇ ਬਹੁਤ ਰੌਣਕਾਂ ਲਗਾਈਆਂ ਅਤੇ ਸਾਰਿਆਂ ਦੇ ਚਿਹਰੇ ਉੱਤੇ ਬਹੁਤ ਜ਼ਿਆਦਾ ਖੁਸ਼ੀ ਨਜ਼ਰ ਆ ਰਹੀ ਸੀ ਘਰ ਵਾਲੇ ਬਹੁਤ ਜ਼ਿਆਦਾ ਖੁਸ਼ ਸਨ ਬਾਬੇ ਨੂੰ ਨੱਚਦਿਆਂ ਲਗਭਗ 1 ਘੰਟਾ ਹੋ ਗਿਆ ਸੀ ਹੁਣ ਬਾਬੇ ਨੇ ਘਰ ਵਾਲਿਆਂ ਨੂੰ ਕਿਹਾ ਕਿ ਹੁਣ ਅਸੀਂ ਜਾਣਾ ਹੈ ਇਸ ਲਈ ਸਾਨੂੰ 5100 ਰੁਪਇਆ ਦੇ ਦਿਓ ਤਾਂ ਘਰ ਵਾਲੇ ਉਹਨਾਂ ਨਾਲ ਬੈਸਣ ਲੱਗ ਪਏ ਕਿ ਨਹੀਂ ਆਪਾਂ 1100 ਰੁਪਏ ਹੀ ਦੇਣੇ ਹਨ ਅਤੇ ਨਾ ਹੀ ਉਹਨਾਂ ਨੇ ਉਸ ਨੂੰ ਨਾਲ ਕੋਈ ਸੂਟ ਦਿੱਤਾ ਪਰ ਬਾਬੇ ਨੇ ਉਹਨਾਂ ਪੈਸਿਆਂ ਨੂੰ ਹੱਥ ਤੱਕ ਨਹੀਂ ਲਗਾਇਆ ਅਤੇ ਕਹਿੰਦਾ ਕਿ ਅਸੀਂ 5100 ਹੀ ਲੈਣਾ ਹੈ ਨਹੀਂ ਤਾਂ ਤੁਸੀਂ ਇਹ ਪੈਸੇ ਵੀ ਰੱਖ ਲਓ ਪਰ ਘਰ ਵਾਲੇ ਮੰਨਣ ਤੇ ਹੀ ਨਾ ਆਉਣ ਲਗਭਗ ਅੱਧਾ ਘੰਟਾ ਬੈਸਬਾਜੀ ਚਲਦੀ ਰਹੀ ਆਖਿਰ ਬਾਬਾ ਨਾਰਾਜ਼ ਹੋ ਕੇ ਚਲਾ ਗਿਆ ਉਸਨੇ ਉਹਨਾਂ ਕੋਲੋਂ ਕੋਈ ਵੀ ਪੈਸਾ ਨਾ ਲਿਆ ਘਰ ਵਾਲੇ ਘਬਰਉਣ ਲੱਗ ਪਏ ਕਿ ਬਾਬਾ ਨਾਰਾਜ਼ ਹੋ ਕੇ ਚਲਾ ਗਿਆ ਹੈ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉਸਨੂੰ ਮਨਾਉਣ ਦੀ ਪਰ ਉਹ ਨਾ ਮੰਨਿਆ ਅਤੇ ਆਪਣੇ ਸਾਥੀਆਂ ਨੂੰ ਲੈ ਕੇ ਉਹ ਚਲਾ ਗਿਆ ਸਮਾਂ ਬੀਤਿਆ ਅਤੇ ਉਹਨਾਂ ਦੇ ਵਿਆਹ ਨੂੰ ਲਗਭਗ 1 ਸਾਲ ਹੋ ਗਿਆ ਪਰ ਉਹਨਾਂ ਦੇ ਘਰ ਔਲਾਦ ਨਾ ਹੋਈ ਉਹ ਉਡੀਕਦੇ ਰਹੇ ਉਹਨਾਂ ਨੇ 3-4 ਸਾਲ ਤੱਕ ਉਡੀਕ ਕੀਤੀ ਪਰ ਔਲਾਦ ਨਾ ਹੋਈ ਉਹਨਾਂ ਨੇ ਬੜੇ ਡਾਕਟਰੀ ਇਲਾਜ ਵੀ ਕਰਵਾ ਕੇ ਦੇਖ ਲਏ ਜਿੱਥੇ ਕਿਸੇ ਨੇ ਦਸ ਪੌਣੀ ਉਹਨਾਂ ਨੇ ਆਪਣੀ ਨੂੰ ਨੂੰ ਉੱਥੇ ਲੈ ਕੇ ਚਲੇ ਜਾਣਾ ਪਰ ਫਿਰ ਵੀ ਔਲਾਦ ਦੀ ਪ੍ਰਾਪਤੀ ਉਹਨਾਂ ਨੂੰ ਨਾ ਹੋਈ ਇੱਦਾਂ ਹੀ ਉਹਨਾਂ ਨੂੰ 8 ਸਾਲ ਬੀਤ ਗਏ ਹੁਣ ਤਾਂ ਉਹ ਬਹੁਤ ਪਰੇਸ਼ਾਨ ਹੋ ਚੁੱਕੇ ਸਨ ਕਿਉਂਕਿ ਨਾ ਕੋਈ ਕੁੜੀ ਵਿੱਚ ਕਮੀ ਸੀ ਅਤੇ ਨਾ ਹੀ ਕੋਈ ਮੁੰਡੇ ਵਿੱਚ ਜਿਸ ਦੀ ਵਜ੍ਹਾ ਕਰਕੇ ਇਹ ਸਭ ਕੁਝ ਹੋ ਰਿਹਾ ਹੋਵੇ ਸਭ ਕੁਝ ਠੀਕ ਸੀ ਪਰ ਔਲਾਦ ਨਾ ਹੋਣ ਦੇ ਪਿੱਛੇ ਦਾ ਕਾਰਨ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਆਖਿਰ ਉਹਨਾਂ ਨੂੰ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਤੁਸੀਂ ਜਦੋਂ ਤੁਹਾਡੇ ਮੁੰਡੇ ਦਾ ਵਿਆਹ ਹੋਇਆ ਸੀ ਉਸ ਵੇਲੇ ਬਾਬਾ ਨੱਚ ਕੇ ਗਿਆ ਸੀ ਤੁਸੀਂ ਉਸ ਵੇਲੇ ਉਸ ਨੂੰ ਨਾਰਾਜ਼ ਕਰ ਦਿੱਤਾ ਸੀ। ਉਹ ਹੀ ਤੁਹਾਨੂੰ ਕੋਈ ਸਰਾਬ ਦੇ ਕੇ ਗਿਆ ਹੈ ਜਿਸ ਕਰਕੇ ਤੁਹਾਡੇ ਘਰ ਔਲਾਦ ਨਹੀਂ ਹੋ ਰਹੀ। ਇਸ ਤੋਂ ਬਾਅਦ ਉਹਨਾਂ ਨੂੰ ਸਮਝ ਆਇਆ ਕਿ ਔਲਾਦ ਨਾ ਹੋਣ ਦੇ ਪਿੱਛੇ ਦੀ ਅਸਲੀ ਵਜ੍ਹਾ ਕਿਹੜੀ ਹੈ। ਜਿੱਥੇ ਉਹ ਬਾਬਾ ਰਹਿੰਦਾ ਸੀ ਉੱਥੇ ਜਾ ਕੇ ਉਹਨਾਂ ਨੇ ਉਸ ਦੇ ਬੜੇ ਤਰਲੇ ਮਾਰੇ ਕਿ ਬਾਬਾ ਜੀ ਸਾਡੇ ਘਰ ਆਓ ਅਤੇ ਨੱਚ ਕੇ ਜਾਓ। ਅਸੀਂ ਤੁਹਾਨੂੰ ਉਸ ਉਹਨੇ ਹੀ ਪੈਸੇ ਦੇਵਾਂਗੇ ਜਿੰਨਿਆ ਪੈਸਿਆਂ ਦੀ ਤੁਸੀਂ ਸਾਡੇ ਕੋਲੋਂ ਮੰਗ ਕੀਤੀ ਸੀ। ਉਸ ਬਾਬੇ ਨੂੰ ਉਹਨਾਂ ਨੇ ਬੜਾ ਮਨਾਇਆ ਅਤੇ ਤਰਲੇ ਮਾਰੇ ਬਾਬੇ ਨੂੰ ਉਹਨਾਂ ਦੇ ਤਰਲਿਆਂ ਤੇ ਤਰਸ ਆ ਗਿਆ ਅਤੇ ਉਹ ਉਹਨਾਂ ਘਰ ਨੱਚਣ ਦੇ ਲਈ ਚਲਾ ਗਿਆ ਲਾਗੇ ਲਾਗੇ ਦੇ ਸਾਰੇ ਲੋਕ ਹੈਰਾਨ ਹੋ ਗਏ ਕਿ ਇਹਨਾਂ ਦੇ ਘਰ ਵਿੱਚ ਤਾਂ ਅਜਿਹਾ ਕੁਝ ਨਹੀਂ ਹੋਇਆ ਜਿਸ ਕਰਕੇ ਬਾਬੇ ਦੇ ਨੱਚਣ ਬਾਬੇ ਨੇ ਨੱਚਣ ਆਉਣਾ ਸੀ ਜਦੋਂ ਉਹ ਉਹਨਾਂ ਦੇ ਘਰ ਗਏ ਤਾਂ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਬਾਬੇ ਕਿਉਂ ਆਏ ਹਨ ਇਹ ਬਾਬੇ ਵੀ ਹਨ ਜਿਹੜੇ ਪਹਿਲਾਂ ਇਹਨਾਂ ਦੇ ਵਿਆਹ ਤੇ ਨੱਚ ਕੇ ਗਏ ਸੀ ਫਿਰ ਬਾਬੇ ਨੇ ਉਹਨਾਂ ਨੂੰ ਅਸੀਸ ਦਿੱਤੀ ਕਿ ਅਗਲੇ ਸਾਲ ਤੁਹਾਡੇ ਘਰ ਮੁੰਡਾ ਹੋਵੇਗਾ ਤਾਂ ਮੈਂ ਫੇਰ ਨੱਚ ਕੇ ਜਾਵਾਂਗਾ ਅਤੇ 11000 ਰੁਪਏ ਲੈ ਕੇ ਜਾਵਾਂਗਾ ਇਸ ਤੋਂ ਬਾਅਦ ਘਰ ਵਾਲਿਆਂ ਨੇ ਬਾਬੇ ਨੂੰ 5100 ਰੁਪਏ ਦੇ ਦਿੱਤਾ ਅਤੇ ਬੜਾ ਸੋਨਾ ਸੂਟ ਵੀ ਦਿੱਤਾ ਹੁਣ ਬਾਬੇ ਬਹੁਤ ਖੁਸ਼ ਸਨ ਇੱਕ ਸਾਲ ਬੀਤਿਆ ਤਾਂ ਉਹਨਾਂ ਦੇ ਘਰ ਮੁੰਡੇ ਦਾ ਜਨਮ ਹੋਇਆ ਹੁਣ ਉਹ ਸਾਰਾ ਪਰਿਵਾਰ ਬਹੁਤ ਖੁਸ਼ ਸੀ ਇਸ ਤੋਂ ਬਾਅਦ ਉਹ ਬਾਬਾ ਫੇਰ ਆਇਆ ਅਤੇ ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਉਹਨਾਂ ਦੇ ਘਰ ਨੱਚ ਕੇ ਗਿਆ ਅਤੇ 1100 ਰੁਪਏ ਅਤੇ ਇੱਕ ਬਹੁਤ ਹੀ ਸੋਨਾ ਸੂਟ ਲੈ ਕੇ ਗਿਆ ਧੰਨਵਾਦ